कुछ ही दिनों बाद अजिहियां तस्वीरां सामने आउंदियां ने। इह नौजवान ने दुबई दे विच फसे होए जो अपना दर्द बयान कर रहे ने, एक बार सुनदे आ की कुछ कह रहे ने। ਅਸੀਂ ਅੱਜ ਮਤਲਬ ਦੁਬਈ 'ਚ ਬੈਠੇ ਹਾਂ, ਦੁਬਈ ਸਿਟੀ 'ਚ। ਅਸੀਂ ਮੇਰਾ ਨਾਂ ਹੈਗਾ ਅਮਨਦੀਪ ਸਿੰਘ, ਜ਼ਿਲ੍ਹਾ ਹੁਸ਼ਿਆਰਪੁਰ, ਤਹਿਸੀਲ ਦਸੂਹਾ, ਪਿੰਡ ਧੁੱਗਾ ਕਲਾਂ। ਮੇਰਾ ਨਾਂ ਜਸਵਿੰਦਰ ਸਿੰਘ, ਪਿੰਡ ਗਿੱਲ, ਗਿੱਲਾਂ, ਜ਼ਿਲ੍ਹਾ ਹੁਸ਼ਿਆਰਪੁਰ। ਮੇਰਾ ਨਾਂ ਬਲਬੀਰ ਸਿੰਘ, ਗੜਦੀ ਵਾਲਾ ਪਿੰਡ ਆ, ਜ਼ਿਲ੍ਹਾ ਹੁਸ਼ਿਆਰਪੁਰ ਆ ਜੀ। ਬਾਈ ਜੀ, ਮੇਰਾ ਸਨੀ ਕੁਮਾਰ, ਪਿੰਡ ਗੜਦੀ ਆ, ਤਹਿਸੀਲ ਦਸੂਹਾ। ਬਾਈ ਜੀ, ਅਸੀਂ ਸੁੱਖੇ ਏਜੰਟ ਦੇ ਥਰੂ ਆਏ ਹਾਂ। ਉਹਨਾਂ ਨੇ ਸਾਨੂੰ ਵਿਜਿਟ ਵਿਜਿਟ ਇੱਥੇ ਭੇਜਿਆ ਆ। 775,000 ਰੁਪਇਆ ਲੈ ਕੇ ਸਾਨੂੰ ਵਿਜਿਟ ਵਿਜਿਟ ਇੱਥੇ ਸੁੱਟਿਆ ਆ। ਕੰਪਨੀ ਦਾ ਨਾਂ ਹੈਗਾ ਬਾਈ ਜੀ ਅਲਮੰਜ਼ਲ, ਅਲਮੰਜ਼ਲ ਕੰਪਨੀ ਹੈ। ਇਸ ਕੰਪਨੀ ਵਿੱਚ ਸਾਨੂੰ ਕੰਮ 'ਚ ਸੱਚਾਈ ਉਹ ਕੰਮ ਸਾਨੂੰ ਉਹ ਮਿਲਿਆ ਨਹੀਂ ਹੈਗਾ। ਅਤੇ ਸਾਨੂੰ ਸਾਡਾ ਜਦ ਇੰਡੀਆ ਵਿੱਚ ਰੌਲਾ ਪਿਆ, ਅਤੇ ਰੌਲਾ ਇਹ ਪਿਆ ਕਿ ਬੰਦੇ ਕੰਪਨੀ 'ਚੋਂ ਫਰਾਰ ਹੋ ਚੁੱਕੇ ਆ। ਅਤੇ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਾ, ਇੰਡੀਆ ਦਾ ਫੋਨ ਆਇਆ, ਸਾਨੂੰ ਇੰਡੀਆ ਦਾ ਫੋਨ ਆਉਣੇ ਸ਼ੁਰੂ ਹੋ ਗਏ ਅਤੇ ਤੁਸੀਂ ਵੀ ਕੰਪਨੀ 'ਚੋਂ ਫਰਾਰ ਹੋ ਚੁੱਕੇ ਆ। ਤੁਹਾਡਾ ਸਾਡਾ ਵੀਜ਼ਾ ਸੀ, ਸਾਡਾ ਵੀਜ਼ਾ ਕਲਾਸ ਹੋ ਚੁੱਕਿਆ ਆ। ਸਾਡੇ ਇੱਕ ਮਹੀਨਾ 10 ਦਿਨ ਉੱਪਰ ਹੋ ਗਏ ਆ। ਉਹ ਸਾਨੂੰ ਪੁੱਛਦੇ ਤੁਸੀਂ ਕਿੱਥੇ ਹੈਗੇ ਆ, ਕਿੱਥੇ ਨਹੀਂ, ਤੁਸੀਂ ਵਾਪਸ ਆਓ, ਤੁਸੀਂ ਕਿਹੜੀ ਕੰਪਨੀ 'ਚ ਹੈਗੇ ਆ। ਉਹ ਕੰਪਨੀ ਦਾ ਸਾਨੂੰ ਪਰੂਫ ਦਿਓ, ਜਿਹੜੀ ਕੰਪਨੀ ਦਾ ਸਾਨੂੰ ਜਿਹ 'ਚ ਹੈਗੇ ਆ ਉਹ ਪਰੂਫ ਮੰਗਦੇ ਪਏ ਸਾਡੇ ਤੋਂ। ਅਤੇ ਜਿਹੜੇ ਕੰਪਨੀ 'ਚ ਆਪਾਂ ਰਾਬਤ ਗਏ ਹਾਂ ਵੀ ਉਹ ਕਹਿੰਦਾ ਅਸੀਂ ਤੁਹਾਡੇ ਕੋਈ ਜ਼ਿੰਮੇਵਾਰੀ ਨਹੀਂ ਚੱਕਦੇ। ਸਾਫ਼ ਤੌਰ 'ਤੇ ਦਰਦ ਬਿਆਨ ਕਰ ਰਹੇ ਨੇ ਜਿੰਦਰ ਸਿੰਘ, ਜੁੜੇ ਨੇ ਸਾਡਾ ਪੱਤਰਕਾਰ ਟਾਂਡਾ ਤੋਂ। ਜੀ ਕੀ ਕੁਝ ਕਹੋਗੇ, ਤਸਵੀਰਾਂ ਸਾਹਮਣੇ ਆਈਆਂ ਨੇ ਜੀ। ਇਹ ਜਿਹੜੇ ਚਾਰ ਨੌਜਵਾਨ ਸੀ, ਇਹ ਟਾਂਡਾ ਦੇ ਖੇਤਰ ਦੇ ਨਜ਼ਦੀਕ ਲੱਗਦੇ ਹੋਏ ਪਿੰਡਾਂ ਦੇ ਨੇ। ਇਹਨਾਂ ਚਾਰਾਂ ਨੇ ਇੱਕੋ ਦਿਨ ਇਸ ਏਜੰਟ ਨੂੰ ਮਿਲ ਕੇ ਇਹਨਾਂ ਦਾ ਵੀਜ਼ਾ ਦਿੱਤਾ। ਇਹ ਕਹਿ ਕੇ ਵੀਜ਼ਾ ਦਿੱਤਾ ਵੀ ਤੁਹਾਨੂੰ ਉੱਥੇ ਜਿਹੜਾ ਵਰਕ ਪਰਮਿਟ ਮਿਲ ਜੂਗਾ। ਅਤੇ ਜਦੋਂ ਕਿ ਇਹ ਦੁਬਈ ਪਹੁੰਚੇ, ਪਰ ਇਹਨਾਂ ਨੂੰ ਨਾ ਕੋਈ ਵਰਕ ਪਰਮਿਟ ਮਿਲਿਆ ਅਤੇ ਨਾ ਹੀ ਕੋਈ ਉੱਥੇ ਰਹਿਣ ਲਈ ਇਹਨਾਂ ਨੂੰ ਕੋਈ ਜਗ੍ਹਾ ਦਿੱਤੀ, ਨਾ ਇਹਨਾਂ ਨੂੰ ਕੰਮ ਮਿਲਿਆ। ਇਹ ਇੱਥੋਂ ਪੈਸੇ ਮੰਗਾ ਕੇ ਆਪਣਾ ਟਾਈਮ ਸਾਰਦੇ ਰਹੇ। ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਇਹ 10 ਬੰਦਿਆਂ ਦੇ ਨਾਲ ਉੱਥੇ ਰਹਿ ਰਹੇ ਸੀ ਜੀ। ਜੇ ਭੁੱਖੇ ਪਾਸੇ ਰਹਿਣ ਕਰਕੇ ਇਹਨਾਂ ਦੀ ਜਿਹੜੀ ਆ ਸਿਹਤ ਵੀ ਵਿਗੜ ਗਈ। ਫਿਰ ਇਹਨਾਂ ਨੇ ਜਦੋਂ ਟਰੈਵਲ ਏਜੰਟ ਨਾਲ ਕੰਟੈਕਟ ਕੀਤਾ, ਫਿਰ ਉਹਨਾਂ ਨੇ ਉਸ ਤੋਂ ਫੋਨ ਚੱਕਣੇ ਵੀ ਬੰਦ ਕਰ ਦਿੱਤੇ। ਤੇ ਕੋਈ ਮਤਲਬ ਕਿ ਜਦੋਂ ਇਹਨਾਂ ਦੇ ਘਰਦੇ ਇਹਨਾਂ ਕੋਲ ਟਰੈਵਲ ਏਜੰਟ ਕੋਲ ਪਹੁੰਚੇ ਤੇ ਉਹ ਘਰਦਿਆਂ ਦੇ ਨਾਲ ਵੀ ਉਹਨਾਂ ਨੇ ਬਦਸਲੂਕੀ ਕੀਤੀ, ਕਹਿੰਦੇ ਜੋ ਕਰਨਾ ਕਰ ਲਓ ਤੁਸੀਂ, ਅਸੀਂ ਕੁਛ ਨਹੀਂ ਕਰ ਸਕਦੇ। ਤੁਸੀਂ ਸਵਾਲਤ ਕੀਤੇ ਰਜਿੰਦਰ ਜੀ ਇਹਨਾਂ ਏਜੰਟ ਨੂੰ, ਜੋ ਕਿ ਜਿਸ ਦਾ ਨਾਂ ਲਿਆ ਸ਼ਾਰ ਹੈ, ਜੋ ਏਜੰਟ ਆ ਉਸਨੇ ਆਪਣਾ ਫੋਨ ਬੰਦ ਕਰ ਲਿਆ ਕਿ ਇਹ ਟਾਂਡੇ ਤੋਂ ਫਰਾਰ ਹੋ ਗਿਆ, ਟਾਂਡੇ ਖੇਤਰ ਤੋਂ ਫਰਾਰ ਹੋ ਗਿਆ ਇੱਥੇ। ਇਹਨਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿੱਚ ਟਾਂਡਾ ਏਰੀਆ ਨੂੰ ਛੱਡ ਕੇ ਚਲਾ ਗਿਆ। ਉਸ ਨਾਲ ਮੁੜ ਕੇ ਕੋਈ ਸੰਪਰਕ ਨਹੀਂ ਹੋ ਪਾਇਆ। ਤੇ ਪਰਿਵਾਰ ਕੀ ਕਹਿ ਰਿਹਾ ਫਿਲਹਾਲ? ਪਰਿਵਾਰ ਨੇ ਮੰਗ ਕੀਤੀ ਆ ਵੀ ਸਾਡੇ ਜਿਹੜੇ ਮਤਲਬ ਕਿ ਵਿਦੇਸ਼ ਮੰਤਰਾਲਾ ਆ, ਸਾਡੇ ਬੱਚੇ ਨੂੰ ਵਾਪਸ ਲੈ ਕੇ ਆਵੇ। ਇਹਨਾਂ ਦੇ ਘਰ ਦੀ ਸਥਿਤੀ ਇੰਨੀ ਕੁ ਮਾੜੀ ਆ, ਬਹੁਤ ਜ਼ਿਆਦਾ ਮਾੜੀ ਸਥਿਤੀ ਦੇ ਵਿੱਚ ਨੇ ਚਾਰੋਂ। ਠੀਕ ਹੈ ਰਜਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ ਫਿਲਹਾਲ ਇਸ ਖਬਰ ਤੇ। ਤੁਸੀਂ ਅਪਡੇਟ ਲੈਂਦੇ ਰਹੋ ਕਿ ਕੁਝ ਕਹਿ ਰਹੇ ਨੇ ਏਜੰਟ ਜਿਨ੍ਹਾਂ ਨੇ ਇਸ ਤਰੀਕੇ ਦੇ ਨਾਲ ਇਹਨਾਂ ਨੌਜਵਾਨਾਂ ਨੂੰ ਇੱਥੇ ਫਸਾਇਆ। ਦੱਸ ਦਈਏ ਕਿ ਦੁਬਈ ਦੇ ਵਿੱਚ ਫਸੇ ਹੋਏ ਨੇ ਚਾਰੋਂ ਨੌਜਵਾਨ ਪੰਜਾਬੀ। ਇੱਕ ਵਾਰ ਸੁਣਦੇ ਆ ਕਿ ਕੁਝ ਕਹਿ ਰਹੇ ਨੇ, ਕਿਸ ਤਰੀਕੇ ਦੇ ਨਾਲ ਆਪਣਾ ਦਰਦ ਬਿਆਨ ਕਰ ਰਹੇ ਨੇ। ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅੱਜ ਮਤਲਬ ਦੁਬਈ 'ਚ ਬੈਠੇ ਹਾਂ, ਦੁਬਈ ਸਿਟੀ 'ਚ। ਅਸੀਂ, ਮੇਰਾ ਨਾਂ ਹੈਗਾ ਅਮਨਦੀਪ ਸਿੰਘ, ਜ਼ਿਲ੍ਹਾ ਹੁਸ਼ਿਆਰਪੁਰ, ਤਹਿਸੀਲ ਦਸੂਹਾ, ਪਿੰਡ ਧੁੱਗਾ ਕਲਾਂ। ਮੇਰਾ ਨਾਂ ਜਸਵਿੰਦਰ ਸਿੰਘ, ਪਿੰਡ ਗਿੱਲ, ਗਿੱਲਾਂ, ਜ਼ਿਲ੍ਹਾ ਹੁਸ਼ਿਆਰਪੁਰ। ਮੇਰਾ ਨਾਂ ਬਲਬੀਰ ਸਿੰਘ, ਗੜਦੀ ਵਾਲਾ ਪਿੰਡ ਆ, ਜ਼ਿਲ੍ਹਾ ਹੁਸ਼ਿਆਰਪੁਰ ਆ ਜੀ। ਬਾਈ ਜੀ, ਮੇਰਾ ਸਨੀ ਕੁਮਾਰ, ਪਿੰਡ ਗੜਦੀ ਆ, ਤਹਿਸੀਲ ਦਸੂਹਾ। ਬਾਈ ਜੀ, ਅਸੀਂ ਸੁੱਖੇ ਏਜੰਟ ਦੇ ਥਰੂ ਆਏ ਹਾਂ। ਉਹਨਾਂ ਨੇ ਸਾਨੂੰ ਵਿਜਿਟ ਵਿਜਿਟ ਇੱਥੇ ਭੇਜਿਆ ਆ। 775,000 ਰੁਪਇਆ ਲੈ ਕੇ ਸਾਨੂੰ ਵਿਜਿਟ ਵਿਜਿਟ ਇੱਥੇ ਸੁੱਟਿਆ ਆ। ਕੰਪਨੀ ਦਾ ਨਾਂ ਹੈਗਾ ਬਾਈ ਜੀ ਅਲਮੰਜ਼ਲ, ਅਲਮੰਜ਼ਲ ਕੰਪਨੀ ਹੈ। ਇਸ ਕੰਪਨੀ ਵਿੱਚ ਸਾਨੂੰ ਕੰਮ 'ਚ ਸੱਚਾਈ ਉਹ ਕੰਮ ਸਾਨੂੰ ਉਹ ਮਿਲਿਆ ਨਹੀਂ ਹੈਗਾ। ਅਤੇ ਸਾਨੂੰ ਸਾਡਾ ਜਦ ਇੰਡੀਆ ਵਿੱਚ ਰੌਲਾ ਪਿਆ, ਅਤੇ ਰੌਲਾ ਇਹ ਪਿਆ ਕਿ ਬੰਦੇ ਕੰਪਨੀ 'ਚੋਂ ਫਰਾਰ ਹੋ ਚੁੱਕੇ ਆ। ਅਤੇ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਾ, ਇੰਡੀਆ ਦਾ ਫੋਨ ਆਇਆ, ਸਾਨੂੰ ਇੰਡੀਆ ਦਾ ਫੋਨ ਆਉਣੇ ਸ਼ੁਰੂ ਹੋ ਗਏ ਅਤੇ ਤੁਸੀਂ ਵੀ ਕੰਪਨੀ 'ਚੋਂ ਫਰਾਰ ਹੋ ਚੁੱਕੇ ਆ। ਤੁਹਾਡਾ ਸਾਡਾ ਵੀਜ਼ਾ ਸੀ, ਸਾਡਾ ਵੀਜ਼ਾ ਕਲਾਸ ਹੋ ਚੁੱਕਿਆ ਆ। ਸਾਡੇ ਇੱਕ ਮਹੀਨਾ 10 ਦਿਨ ਉੱਪਰ ਹੋ ਗਏ ਆ। ਉਹ ਸਾਨੂੰ ਪੁੱਛਦੇ ਤੁਸੀਂ ਕਿੱਥੇ ਹੈਗੇ ਆ, ਕਿੱਥੇ ਨਹੀਂ, ਤੁਸੀਂ ਵਾਪਸ ਆਓ, ਤੁਸੀਂ ਕਿਹੜੀ ਕੰਪਨੀ 'ਚ ਹੈਗੇ ਆ। ਉਹ ਕੰਪਨੀ ਦਾ ਸਾਨੂੰ ਪਰੂਫ ਦਿਓ, ਜਿਹੜੀ ਕੰਪਨੀ ਦਾ ਸਾਨੂੰ ਜਿਹ 'ਚ ਹੈਗੇ ਆ ਉਹ ਪਰੂਫ ਮੰਗਦੇ ਪਏ ਸਾਡੇ ਤੋਂ। ਅਤੇ ਜਿਹੜੇ ਕੰਪਨੀ 'ਚ ਆਪਾਂ ਰਾਬਤ ਗਏ ਹਾਂ ਵੀ ਉਹ ਕਹਿੰਦਾ ਅਸੀਂ ਤੁਹਾਡੇ ਕੋਈ
ਜ਼ਿੰਮੇਵਾਰੀ ਨਹੀਂ ਚੱਕਦੇ ਹੈਗੇ। ਉਹ ਇਹ ਗੱਲ ਕਹਿ ਰਿਹਾ ਰਬਾਬ ਵੀ ਤੁਹਾਡੀ ਅਸੀਂ ਜ਼ਿੰਮੇਵਾਰੀ ਨਹੀਂ ਚੱਕਦੇ, ਸਾਡਾ ਰਬਾਬ ਕਹਿ ਰਿਹਾ। ਅਤੇ ਉਹ ਕਹਿੰਦਾ ਆਪਣੇ ਆਪਣੇ ਪਾਸਪੋਰਟ ਲੈ ਲਓ। ਅਤੇ ਅਸੀਂ ਏਜੰਟ ਨੂੰ ਫੋਨ ਕਰ ਰਹੇ ਹਾਂ, ਸਾਡੇ ਘਰ ਦੇ ਵੀ ਫੋਨ ਕਰ ਰਹੇ ਆ, ਅਸੀਂ ਵੀ ਕਰ ਰਹੇ ਹਾਂ। ਅਤੇ ਸਾਡੇ ਘਰ ਦੇ ਨੰਬਰ ਵੀ ਉਹਨੇ ਬਲੌਕ ਕਰ ਦਿੱਤੇ ਹੋਏ ਆ ਅਤੇ ਸਾਡੇ ਨੰਬਰ ਵੀ ਬਲੌਕ ਕੀਤੇ ਹੋਏ ਆ। ਉਹ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਚੱਕਦਾ, ਅਸੀਂ ਸਾਨੂੰ ਸਮਝ ਨਹੀਂ ਅਸੀਂ ਕੀ ਕਰੀਏ। ਅਸੀਂ ਵਿੱਚ ਇੱਥੇ ਬਹੁਤ ਪਰੇਸ਼ਾਨੀ 'ਚ ਹੈਗੇ ਹਾਂ। ਅਤੇ ਵਿਦੇਸ਼ ਮੰਤਰਾਲੇ ਨੂੰ ਬੇਨਤੀ ਆ, ਭਗਵੰਤ ਮਾਨ ਨੇ ਮੋਦੀ ਸਰਕਾਰ ਨੂੰ ਅਤੇ ਸੰਘ ਸਿੰਘ ਗਿੱਲ ਜੀ ਨੂੰ ਬੇਨਤੀ ਆ, ਅਸੀਂ ਇਸ ਬਹੁਤ ਫਸੇ ਹੋਏ ਹਾਂ, ਸਾਨੂੰ ਪਲੀਜ਼ ਬੇਨਤੀ ਕਰਦੇ ਹੋਏ ਸਾਨੂੰ ਇੱਥੋਂ ਮੋਦੀ ਸਰਕਾਰ ਨੂੰ, ਵਿਦੇਸ਼ ਮੰਤਰਾਲੇ ਅਤੇ ਭਗਵੰਤ ਮਾਨ ਅਤੇ ਸੰਘ ਸਿੰਘ ਗਿੱਲ ਜੀਆਂ ਨੂੰ ਬੇਨਤੀ ਕਰਦੇ ਹੋਏ ਹਾਂ ਅਤੇ ਸਾਨੂੰ ਜਲਦ ਤੋਂ ਜਲਦ ਇੱਥੋਂ ਕਢਾਇਆ ਜਾਵੇ। ਅਤੇ ਸਾਡਾ ਜਿੰਨੇ ਬੰਦੇ ਬੈਠੇ ਹੋਏ ਆ ਇਹਨਾਂ ਦਾ ਅਲੱਗ ਅਲੱਗ ਏਰੀਆ ਆ, ਜਿਵੇਂ ਮੇਰਾ ਏਰੀਆ ਹੈਗਾ, ਮੇਰਾ ਪਿੰਡ ਧੁੱਗਾ ਕਲਾਂ, ਜ਼ਿਲ੍ਹਾ ਹੁਸ਼ਿਆਰਪੁਰ, ਤਹਿਸੀਲ ਦਸੂਹਾ ਆ। ਆਹ ਭਾਅ ਜੀ ਦਾ ਬੰਦਾ, ਭਾਅ ਜੀ ਬੋਲੋ। ਮੇਰਾ ਨਾਂ ਜਸਵਿੰਦਰ ਸਿੰਘ, ਪਿੰਡ ਗਿੱਲਾਂ, ਟਾਂਡੇ ਦਾ ਰਹਿਣ ਵਾਲਾ, ਜ਼ਿਲ੍ਹਾ ਹੁਸ਼ਿਆਰਪੁਰ। ਮੇਰਾ ਨਾਂ ਬਲਬੀਰ ਸਿੰਘ ਆ, ਗੜਦੀ ਵਾਲਾ ਪਿੰਡ ਆ ਜੀ, ਡਿਸਟ੍ਰਿਕਟ ਦਸੂਹਾ ਜੀ। ਮੇਰਾ ਨਾਂ ਸਨੀ ਕੁਮਾਰ ਆ, ਪਿੰਡ ਗੜਦੀ ਵਾਲਾ, ਡਿਸਟ੍ਰਿਕਟ ਦਸੂਹਾ। ਅਤੇ ਭਾਈ ਜੀ ਸਾਡੀ ਇਹੀ ਤੁਹਾਡੇ ਅੱਗੇ ਬੇਨਤੀ ਆ ਅਤੇ ਸਾਨੂੰ ਇੱਥੋਂ ਜਲਦ ਤੋਂ ਜਲਦ ਕਢਾਇਆ ਜਾਵੇ, ਵਿਦੇਸ਼ ਮੰਤਰਾਲੇ ਨੂੰ, ਮੋਦੀ ਸਰਕਾਰ ਨੂੰ, ਭਗਵੰਤ ਮਾਨ ਅਤੇ ਸੰਘ ਸਿੰਘ ਗਿੱਲ ਜੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਸਾਨੂੰ ਇੱਥੋਂ ਜਲਦ ਤੋਂ ਜਲਦ ਕਢਾਇਆ ਜਾਵੇ। ਅਤੇ ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅੱਜ ਮੈਂ ਦੁਬਈ 'ਚ ਬੈਠੇ ਹਾਂ, ਦੁਬਈ ਸਿਟੀ 'ਚ। ਸਾਫ਼ ਤੌਰ 'ਤੇ ਦਰਦ ਬਿਆਨ ਕਰ ਰਹੇ ਨੇ ਨੌਜਵਾਨ, ਦੁਬਈ ਦੇ ਵਿੱਚ ਫਸੇ ਹੋਏ ਨੇ, ਵਿਦੇਸ਼ ਮੰਤਰਾਲੇ ਨੂੰ ਅਤੇ ਮੋਦੀ ਸਰਕਾਰ ਨੂੰ ਅਪੀਲ ਕਰ ਰਹੇ ਨੇ ਕਿਸੇ ਤਰੀਕੇ ਦੇ ਨਾਲ ਸਾਨੂੰ ਇੱਥੋਂ ਬਚਾਇਆ ਜਾਵੇ। ਅਤੇ ਜਿਹੜਾ ਏਜੰਟ ਜਿਸਨੇ ਸਾਡੇ ਨਾਲ ਧੋਖਾਧੜੀ ਕੀਤੀ, ਉਹ ਫੋਨ ਨਹੀਂ ਚੱਕ ਰਿਹਾ, ਨਾ ਹੀ ਉਹ ਪਰਿਵਾਰ ਦੇ ਨਾਲ ਕੋਈ ਗੱਲਬਾਤ ਕਰ ਰਿਹਾ, ਜਦਕਿ ਸਾਡੇ 'ਤੇ ਇਲਜ਼ਾਮ ਲਗਾ ਰਹੇ ਨੇ ਕਿ ਅਸੀਂ ਕੰਪਨੀ ਦੇ ਵਿੱਚੋਂ ਭੱਜ ਗਏ ਹਾਂ, ਜਦਕਿ ਇੱਥੇ ਬਹੁਤ ਹੀ ਪਰੇਸ਼ਾਨ ਨੇ। 75,000 ਅਦਾ ਕਰਕੇ, ਸਿਰਫ 75,000 ਸਾਰਿਆਂ ਨੇ ਦਿੱਤੇ, ਜਿਸ ਤੋਂ ਬਾਅਦ ਉਹਨਾਂ ਨੂੰ ਏਜੰਟ ਨੇ ਇੱਥੇ ਫਸਾ ਦਿੱਤਾ। ਇਸ ਵੀਡੀਓ ਵਿੱਚ ਸਾਫ਼ ਤੌਰ 'ਤੇ ਆਪਣਾ ਦਰਦ ਬਿਆਨ ਕਰ ਰਹੇ ਨੇ, ਸੋਸ਼ਲ ਮੀਡੀਆ 'ਤੇ ਇਹ ਦਰਦ ਬਿਆਨ ਕੀਤਾ ਜਾ ਰਿਹਾ। ਪਰਿਵਾਰਾਂ ਨੇ ਵਤਨ ਵਾਪਸੀ ਦੀ ਮੰਗ ਕੀਤੀ ਹੈ, ਸੋਸ਼ਲ ਮੀਡੀਆ 'ਤੇ ਆਪਣਾ ਦਰਦ ਬਿਆਨ ਕੀਤਾ ਹੈ। ਅਤੇ ਉੱਧਰ ਜਦੋਂ ਪੱਤਰਕਾਰ ਨਾਲ ਗੱਲਬਾਤ ਕੀਤੀ ਗਈ, ਉਹਨਾਂ ਦਾ ਵੀ ਕਹਿਣਾ ਹੈ ਕਿ ਉਹ ਫੋਨ ਨਹੀਂ ਚੱਕ ਰਿਹਾ ਏਜੰਟ, ਉਸਦਾ ਫੋਨ ਬਲੌਕ ਆ ਰਿਹਾ ਹੈ। ਪਰਿਵਾਰ ਜਦੋਂ ਮਿਲਣ ਜਾਂਦਾ ਸੀ ਤਾਂ ਉਸ ਵੇਲੇ ਬਦਤਮੀਜ਼ੀ ਕੀਤੀ ਜਾਂਦੀ ਸੀ ਪਰਿਵਾਰ ਦੇ ਨਾਲ, ਅਤੇ ਚਾਰੇ ਨੌਜਵਾਨ ਆਪਣਾ ਆਪਣਾ ਇਲਾਕਾ ਦੱਸ ਰਹੇ ਨੇ, ਆਪਣਾ ਆਪਣਾ ਦਰਦ ਬਿਆਨ ਕਰ ਰਹੇ ਨੇ, ਦੁਬਈ ਦੇ ਵਿੱਚ ਫਸੇ ਹੋਏ ਨੇ।